ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ 'ਚ ਇੱਕ NRI ਨੇ ਆਪਣੇ ਹੀ ਸਕੇ ਭਰਾ 'ਤੇ ਉਸਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਸੰਬੰਧੀ ਉਸਨੇ ਦੱਸਿਆ ਕਿ ਉਹ 2008 'ਚ ਆਪਣੇ ਪਰਿਵਾਰ ਸਮੇਤ ਇਟਲੀ ਗਿਆ ਸੀ ਅਤੇ ਉਸਦੀ ਗੈਰਹਾਜ਼ਰੀ 'ਚ ਉਸਦੇ ਭਰਾ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਅਤੇ ਜਿਸ ਸੰਬੰਧੀ ਉਸ ਵੱਲੋਂ 2015 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਜਿਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਹੁਣ ਦੁਬਾਰਾ ਉਸਦੇ ਭਰਾ ਵੱਲੋਂ ਉਸਦੀ ਜ਼ਮੀਨ 'ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਸੰਬੰਧੀ ਉਹ ਮਾਨਯੋਗ ਅਦਾਲਤ ਤੋਂ ਸਟੇ ਵੀ ਲੈ ਚੁੱਕਿਆ ਹੈ ਪਰ ਇਸਦੇ ਬਾਵਜੂਦ ਉਸਦੀ ਜ਼ਮੀਨ 'ਤੇ ਉਸਾਰੀ ਦਾ ਕੰਮ ਲਗਾਤਾਰ ਜਾਰੀ ਹੈ। ਪੀੜਤ NRI ਵਿਅਕਤੀ ਨੇ ਇਨਸਾਫ਼ ਲਈ ਗੁਹਾਰ ਲਗਾਈ ਹੈ। ਮੇਰੇ ਨਾਲ ਭਾਅ ਜੀ ਸਾਰਾ ਕੁਝ ਹੋਇਆ, ਮੈਂ ਜਸਵੀਰ ਸਿੰਘ ਸਾਨੂੰ ਜਸਵੀਰ ਸਿੰਘ ਮੇਰੇ ਜਿਹੜੇ ਭਰਾਵਾਂ ਨੇ ਮੇਰੀ ਜਗ੍ਹਾ ਘਰੇਲੂ ਵੰਡ 'ਚ ਆਈ ਸੀ 1994 ਦੇ ਵਿੱਚ, ਪਰ ਮੈਂ ਜਗ੍ਹਾ ਛੱਡੀ ਆਪਣੀ ਮਕਾਨ ਆਪਣੀ ਜਗ੍ਹਾ 'ਚ ਬਣਾਈ ਆ, ਮੇਰੇ ਘਰੇਲੂ ਵੰਡ 'ਚ ਪੈਲੀ ਆਈ ਆ, ਨਾਲ ਲੱਗਦਾ ਥਾਂ ਆ, ਇਹ ਕਿਲੇ 'ਚ ਮੇਰਾ ਸਾਲ ਮੁਲਕ ਹਿੱਸਾ ਹੈ। ਮੈਂ ਨਾਲ ਰਸਤਾ ਵੀ ਛੱਡਿਆ, ਪਿਛਲੇ ਬੰਨੇ ਮੇਰੀ ਮੋਟਰ ਲੱਗੀ ਬਾਂਡੀ ਬੰਬੀਅਰ ਸਾਂਝਾ ਬਰਾਂਡਾ ਇਹਨਾਂ ਢਾਹ ਕੇ ਅੱਗੇ ਉਸ ਮੇਰੀ ਕੋਈ ਸੁਣਵਾਈ ਨਹੀਂ ਹੋਈ, ਮੀਡੀਆ ਪ੍ਰਸ਼ਾਸਨ ਮੇਰਾ ਨਾ ਇਨਸਾਫ਼ ਦਵਾਇਆ ਜਾਵੇ। ਤਾਰਾਂ ਨੂੰ ਇਹਨਾਂ ਨੇ ਪਹਿਲਾਂ ਨਹੀਂ ਪੁੱਟੀ ਆ, 19 ਨੂੰ ਮੈਂ ASI ਜਸਵੀਰ ਸਿੰਘ ਸਾਨਫ ਜਸਵੀਰ ਸਿੰਘ ਧਾਰੀਵਾਲ ਕਲੇਰ ਦਾ ਰਹਿਣ ਵਾਲਾ ਹਾਂ। ਮੈਂ ਬਾਹਰ ਇਹਨਾਂ ਇਟਲੀ ਦੇ ਵਿੱਚ ਮੇਰੇ ਭਰਾਵਾਂ ਨੇ ਮੇਰੀ ਜਗ੍ਹਾ ਘੇਰ ਲਈ ਆ, ਇਹਨਾਂ ਨਾਲ ਮੈਂ ਰਸਤਾ ਛੱਡਿਆ, ਰਸਤਾ ਵੀ ਘੇਰ ਲਿਆ ਮੇਰੀ ਜਗ੍ਹਾ 'ਚ 2015 'ਚ ਇਹਨਾਂ ਨੇ, ਮੈਂ 2 ਮਈ ਨੂੰ ਚਲ ਗਿਆ, ਨਾ ਬਾਅਦ 'ਚ ਸ਼ੈੱਡ ਬਣਾ ਲਿਆ, ਗੇਟ ਵੀ ਲਾ ਲਿਆ। ASI ਕੁਲਦੀਪ ਕੁਮਾਰ ਨੇ ਸਾਰਾ ਕੁਝ ਕੀਤਾ, ਰੋਕ ਲਾਈ ਹੈ, ਸਾਰਾ ਕੁਝ ਕੀਤਾ ASI ਕੁਲਦੀਪ ਕੁਮਾਰ NRI ਥਾਣੇ ਵਾਲਿਆਂ ਨੇ, ਪਰ ਕੋਈ ਮੇਰੀ ਸੁਣਾਈ ਨਹੀਂ ਹੋਈ। ਉਹਦੇ ਤੋਂ ਬਾਅਦ ਇਹਨਾਂ ਨੇ ਮੇਰੇ ਜਾਂ ਦੁਬਾਰਾ ਇਹਨਾਂ ਨੇ ਸਾਰੇ ਕੰਮ ਕੀਤੇ ਨੇ, ਠੀਕ ਹੈ ਨਾ। ਮੇਰਾ ਸਟੇ ਵੀ ਮਿਲਾ ਹੋਇਆ ਜੀ, ਮੇਰੀਆਂ ਬੜੀਆਂ ਦਰਖਾਸਤਾਂ ਨੇ, ਸਾਰੇ ਪ੍ਰਸ਼ਾਸਨ 'ਚ ਸਾਰਾ ਜ਼ੋਰ ਲਾ ਲਿਆ, ਮੇਰੀ ਕੋਈ ਸੁਣਵਾਈ ਨਹੀਂ ਹੋਈ। ਕਹਿੰਦਾ ਪ੍ਰਸ਼ਾਸਨ ਨੇ ਮੀਡੀਆ ਕਿਉਂਕਿ ਮੇਰੇ ਇਨਸਾਫ਼ ਦਵਾਇਆ ਜਾਵੇ। ਬੇਨਤੀ ਇਹ ਤਾਂ ਝਗੜਾ ਤਾਂ ਕੋਈ ਨਹੀਂ, ਝਗੜਾ ਤਾਂ ਹੈਗਾ ਪੈਸਿਆਂ ਦਾ। ਛੋਟੇ ਜਿਹੇ ਆਪਣੇ ਕਾਕੇ ਗੁਰਦੇਵ ਸਿੰਘ ਨੂੰ ਘੱਲਣਾ ਸੀ, ਉੱਥੇ ਇਡਲੀ ਇਹਨੇ ਖਾਣਾ, 9 ਲੱਖ ਲਿਆ, 4 ਮੋੜ ਦਾ 5 ਨਹੀਂ ਮੋੜ ਦਾ ਮੰਗਿਆ ਤਾਂ ਆਹ ਝਗੜਾ ਪਾਤਾ। ਅਸੀਂ ਕਿਹਾ ਵੀ ਬੜਾ ਇੱਕ ਚੋਰੇ ਕੋਲ ਲਿਆ 11 ਮਰਲੇ ਸਾਂ, ਬਲਕਿ ਅਜੇ ਤੱਕ ਇਹਨੇ ਸਾਨੂੰ 6-7 ਮਰਲੇ ਦਿੱਤਾ, ਅਸੀਂ ਇਹਨੂੰ 17 ਬੜਾ 21 ਚੋਰ ਦਿੱਤਾ ਹੈ, ਇਹ 11 ਮਰਲੇ ਸਾਂ, ਉਹਦੀ ਬਦੌਲਤ ਹੀ ਆਸਾਨ ਲਿਆ। ਔਰ ਕੋਈ ਝਗੜਾ ਨਹੀਂ, ਸਾਡਾ ਸਾਂਝਾ ਖਾਤਾ, ਕੋਈ ਝਗੜਾ ਨਹੀਂ, ਗੱਲ ਨਹੀਂ, ਬਾਤ ਨਹੀਂ, ਸਿਰਫ ਜਾਣ ਕੇ ਸਾਨੂੰ ਖਰਾਬ ਕਰਤਾ। ਆਪਣੇ ਪਿੰਡ ਕਲੇਰ ਦੇ 3 ਜਾਂ 4 ਬ੍ਰਦਰ ਆ, ਇਹਨਾਂ ਦਾ ਅਜੇ ਸਾਂਝਾ ਖਾਤਾ, ਜਿਹੜਾ ਇੱਕ ਬ੍ਰਦਰ ਆ ਉਹ ਇਟਲੀ ਸ਼ਹਿਰ ਰਹਿੰਦਾ, ਉਹਦੀ ਨਾਲ ਘਰ ਆ, ਉਹ ਕਹਿ ਰਿਹਾ ਕਿ ਸਾਡਾ ਜਿਹੜਾ ਮੇਰੇ ਮਕਾਨ ਜਿਹੜਾ ਮੇਰੀ ਜ਼ਮੀਨ 'ਚ ਬਣਾ ਰਿਹਾ, ਉਹ ਕਹਿ ਰਹੇ ਕਿ ਅਸੀਂ ਆਪਣੀ ਜ਼ਮੀਨ 'ਚ ਬਣਾ ਰਹੇ ਹਾਂ। ਬਾਕੀ ਇਹਨਾਂ ਦੋਨਾਂ ਪਾਰਟੀਆਂ ਨੂੰ ਆਪਾਂ ਇਕੱਠੇ ਕੀਤਾ ਸੀ, ਉਹ ਇਹਨਾਂ ਦਾ ਫੈਸਲਾ ਜਿਹੜਾ 1-2 ਦਿਨ 'ਚ ਕਰਾਵਾਂਗੇ, ਪਰ ਉਹਨੇ ਕਹਿ ਰਿਹਾ ਕਿ ਮੇਰਾ ਸਟੇ ਹੈ, ਉਹ ਦੂਜੀ ਪਾਰਟੀ ਕਹਿ ਰਹੀ ਕਿ ਸਟੇ ਇਹਦੀ ਇੱਕ ਐਪਲੀਕੇਸ਼ਨ ਲੱਗੀ ਹੈ। ਬਾਕੀ ਜੋ ਕਾਨੂੰਨ ਦਾ ਵਾਕਰ ਬਾਕੀ ਨਾ ਹੀ ਕਿਸੇ ਨੇ ਕਬਜ਼ਾ ਕੀਤਾ, ਕਿਉਂਕਿ ਉਹ ਹੀ ਵਰਤ ਰਿਹਾ ਸਾਂਝਾ ਖਾਤਾ, ਇੱਕ ਹੀ ਬਾਪ ਦੇ ਨਾਂ 'ਤੇ ਆ, ਹਾਲੇ ਇਹਨਾਂ ਦਾ ਜਿਹੜਾ ਤਕਸੀਮ ਵਗੈਰਾ ਨਹੀਂ ਹੋਈ, ਇਸ ਕਾਰਨ ਉਹ ਜ਼ਿਆਦਾ ਕਰ ਰਿਹਾ। ਬਾਕੀ ਜੋ ਵੀ ਲਾਅ ਮੁਤਾਬਕ ਹੈ ਉਹ ਕਰਾਂਗੇ।